ਹਾਂ ਲੁਧਿਆਣੇ ਅੱਜ ਪਹੁੰਚੇ ਹਾਂ। 40 ਸਾਲ ਦੀਆਂ ਯਹਿਰਾਂ ਪਾ ਕੇ ਸਾਡੇ ਦਰਿਆਵਾਂ ਸਾਨੂੰ ਮਾਰਿਆ ਜਾ ਰਿਹਾ, ਕਾਲੇ ਪੀੜੀਏ, ਕੈਂਸਰ ਅਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਹੋਰ ਬਿਮਾਰੀਆਂ, ਜਿਹੜਾ ਲਗਾਤਾਰ ਹਜ਼ਾਰਾਂ ਦੀ ਗਿਣਤੀ ਡਾਇੰਗ ਫੈਕਟਰੀਆਂ ਦੀ ਜੋ ਗੈਰ ਕਾਨੂੰਨੀ ਆ, ਜੋ ਸਿੱਧਾ ਪਾਣੀ ਯੂਰੇਨੀਅਮ ਕੈਮੀਕਲ ਸਾਡੇ ਪਾਣੀਆਂ 'ਚ ਪਾ ਕੇ ਸਾਨੂੰ ਮਾਰਿਆ ਜਾ ਰਿਹਾ, ਅੱਜ ਪੂਰਾ ਪੰਜਾਬ ਉੱਠ ਕੇ ਉਹਦੇ ਖਿਲਾਫ਼ ਆਇਆ। ਅਤੇ ਇਹ ਹਰ ਹਾਲ ਦੇ ਵਿੱਚ 40 ਸਾਲ ਦਾ ਲਗਾਤਾਰ ਜ਼ਹਿਰ ਪੀ ਕੇ ਮਰ ਰਹੇ ਹਾਂ, ਹੁਣ ਹੋਰ ਬਰਦਾਸ਼ਤ ਨਹੀਂ ਹੋਊਗਾ। ਇਹ ਜੋ ਮਰਜ਼ੀ ਕਰਨਾ ਪਵੇ, ਹੁਣ ਇਹ ਗੰਦ ਨਹੀਂ ਪੈਣ ਦੇਣਾ, ਇਹ ਜ਼ਹਿਰ ਨਹੀਂ ਪੈਣ ਦੇਣਾ, ਚਾਹੇ ਧਰਤੀ ਹੇਠਾਂ ਅਤੇ ਚਾਹੇ ਦਰਿਆਵਾਂ 'ਚ। 40 ਸਾਲ ਤੋਂ ਸਾਡੇ ਦਰਿਆਵਾਂ ਦੇ ਵਿੱਚ ਹਜ਼ਾਰਾਂ ਡਾਇੰਗ ਫੈਕਟਰੀਆਂ, ਡੈਰੀਆਂ ਦਾ, ਪੂਰੇ ਲੁਧਿਆਣੇ ਦਾ ਸੀਵਰੇਜ ਦਾ ਪਾਣੀ ਜਿਹੜਾ ਸਾਨੂੰ ਜ਼ਹਿਰਾਂ ਪਾ ਕੇ, ਯੂਰੇਨੀਅਮ ਵਰਗੇ ਕੈਮੀਕਲ ਪਾ ਕੇ, ਘੱਟੋ ਘੱਟ ਪੂਰਾ ਦੱਖਣੀ ਮਾਲਵਾ ਅਤੇ ਗਾਹਾਂ ਰਾਜਸਥਾਨ ਤੱਕ ਦੇ ਲੋਕ ਜਿਹੜੇ ਇਸ ਪਾਣੀ ਨਾਲ ਮਰ ਰਹੇ ਨੇ। ਲੋਕਾਂ ਦੇ ਵਿੱਚ ਇੰਨਾ ਬੁਰਾ ਹਾਲ ਆ, ਪਿੰਡਾਂ 'ਚ ਗਏ ਆ, ਘੱਟੋ ਘੱਟ 80% ਲੋਕਾਂ ਨੂੰ ਕਾਲਾ ਪੀੜੀਆ ਦੇ ਕੈਂਸਰ ਹੋ ਚੁੱਕਿਆ, ਪਰ ਇੱਥੇ ਡਰਾਮੇ ਕਰ ਰਿਹਾ ਇੱਥੋਂ ਦਾ MLA ਗੋਗੀ, ਇੱਕ ਨੀਂਹ ਪੱਤਰ ਪੱਟ ਕੇ। ਨੀਂਹ ਪੱਤਰ ਪੱਟਣ ਨਾਲ ਗੱਲ ਨਹੀਂ ਬਣਨੀ, ਪੱਟਣੀਆਂ ਉਹ ਪੈਪਾਂ ਪੱਟੋ ਜਿਹੜੀਆਂ ਬੁੱਢੇ ਦਰਿਆ 'ਚ ਪੈਂਦੀਆਂ ਨਾ, ਸਤਲੁਜ ਪੈਂਦੀਆਂ, ਕਰਨੀਆਂ ਉਹ ਫੈਕਟਰੀਆਂ ਬੰਦ ਕਰੋ, ਡੈਰੀਆਂ ਬੰਦ ਕਰੋ, ਉਹ ਸੀਵਰੇਜ ਦਾ ਪਾਣੀ, ਜ਼ਹਿਰ ਪਾਣੀ ਬੰਦ ਕਰੋ। ਆਹ ਡਰਾਮੇ ਨਹੀਂ ਵੀ ਅਸੀਂ ਨੀਂਹ ਪੱਥਰ ਪੱਟਤਾ ਜੀ, ਉਹ ਕਹਿੰਦਾ ਕਿ ਮੇਰੀ ਪ੍ਰਸ਼ਾਸਨ ਨਹੀਂ ਸੁਣਦਾ, ਫਿਰ ਤੂੰ MLA ਕਿਹੜਾ ਅਸਤੀਫਾ ਦੇ ਘਰੇ ਬੈਠ। ਉਹ ਕਹਿੰਦਾ ਸਾਡਾ ਮੁੱਖ ਮੰਤਰੀ ਦਾ ਪੂਰਾ ਧਿਆਨ ਹੈ, ਮੁੱਖ ਮੰਤਰੀ ਦੇ ਕੋਲ ਚੁਟਕਲੇ ਆ, ਕਹਾਣੀਆਂ ਨੇ, ਡਰਾਮੇਬਾਜ਼ੀ ਤੋਂ ਇਲਾਵਾ ਕੱਖ ਨਹੀਂ। ਰੋਜ਼ ਪੰਜਾਬ 'ਚ ਗੋਲੀਆਂ ਚੱਲਦੀਆਂ, ਕੱਲ੍ਹ ਕਨਾਰੀ ਪਰਿਵਾਰ ਦੇ ਘਰੇ ਗੋਲੀਆਂ ਆ ਕੇ ਮਾਰ ਗਏ, ਰੋਜ਼ ਪੰਜਾਬ ਦੇ ਵਿੱਚ ਮਤਲਬ ਕਿ ਗਿਣਤੀ ਦਰਜਨਾਂ ਦੇ ਹਿਸਾਬ ਨਾਲ ਚਿੱਟੇ ਨਾਲ ਮੁੰਡੇ ਮਰ ਰਹੇ ਆ। ਅਸੀਂ ਕਿੰਨੇ 40 ਸਾਲ ਤੋਂ ਲੈ ਕੇ ਅਸੀਂ ਆ ਯਾਰਾਂ ਪੀਗੇ ਪਾਣੀ 'ਚ ਮਰ ਰਹੇ ਹਾਂ, ਪ੍ਰਵਾਸ ਹੋ ਰਿਹਾ, ਪੰਜਾਬ ਉੱਜੜ ਰਿਹਾ, ਖਤਮ ਹੋ ਰਿਹਾ ਚਾਰ ਸਪੀਰੋਂ ਪੰਜਾਬ, ਪਰ ਇਹ ਪੰਜਾਬ ਦਾ ਨੀਰੋ ਆ, ਨੀਰੋ ਰੋਮ ਸੜਦਾ ਬੜਦਾ ਸੀ, ਨੀਰੋ ਬੰਸਰੀ ਵਜਾਉਂਦਾ ਸੀ, ਅੱਜ ਪੰਜਾਬ ਸੜ ਬੜ ਰਿਹਾ, ਮਰ ਰਿਹਾ। ਇਹ ਚੁਟਕਲੇ ਕਹਾਣੀਆਂ ਤੋਂ ਇਲਾਵਾ ਬੰਦੇ ਦੇ ਪੱਲੇ ਕੱਖ ਨਹੀਂ, ਗੱਪ ਰੋੜੀ ਜਾਂਦਾ, ਚਾਰ ਗਾਲਾਂ ਬਾਦਲਾਂ ਨੂੰ, ਚਾਰ ਗਾਲਾਂ ਕਾਂਗਰਸੀਆਂ ਨੂੰ। ਇਹਤੋਂ ਇਲਾਵਾ ਹਜ਼ਾਰਾਂ ਲੋਕ ਜਿਹੜੇ ਆਏ ਆ, ਇਹ ਉਹ ਮੁੱਖ ਮੰਤਰੀ ਆ, ਤੇਜੇ ਰਹੇਲੇ ਪਿੰਡ ਗਿਆ ਸੀ ਫਾਜ਼ਿਲਕਾ ਦੇ ਕੋਲੇ, ਇਹ ਉਹ ਮੁੱਖ ਮੰਤਰੀ ਆ, ਧਰਾਂ ਵਾਲੇ ਪਿੰਡ ਗਿਆ ਸੀ ਮਲੋਟ ਦੇ ਕੋਲੇ, ਜਿੱਥੇ ਕਹਿੰਦਾ ਸੀ ਕਿ ਆਹ ਦੇਖੋ ਲੋਕ ਯਾਰ ਨਾਲ ਮਰ ਰਹੇ ਆ, ਇਹ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀਗਾ ਫੈਕਟਰੀਆਂ ਥੱਲੇ ਯਾਰਾਂ ਪਾਉਂਦੀਆਂ ਨੇ। ਅੱਜ ਕੀ ਗੱਲ, ਮੋਟਾ ਚੜਾਵਾ ਚੜ ਗਿਆ ਕਿ ਦਿੱਲੀ ਤੋਂ ਕੋਈ ਫੋਨ ਆ ਗਿਆ, ਅੱਖਾਂ ਵੀ ਚਲੀਆਂ, ਅੱਜ ਕਿਉਂ ਬੰਦ, ਅੱਜ ਕਿਉਂ ਲੋਕਾਂ ਨੂੰ ਹਾਲਾਤਾਂ 'ਚ ਛੱਡਿਆ ਹੋਇਆ। ਕੋਈ ਗੱਲ ਨਹੀਂ ਭਵੰਸਿਆ, ਇੰਨਾ ਡਰ, ਇੰਨਾ ਖੌਫ, ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਇੱਕ ਮੁੱਖ ਮੰਤਰੀ ਬੁਲਟ ਪਰੂਫ ਸ਼ੀਸ਼ੇ ਦੇ ਵਿੱਚ 15 ਅਗਸਤ ਨੂੰ ਭਾਸ਼ਣ ਦੇ ਰਿਹਾ, ਜਿਹੜਾ ਕਹਿੰਦਾ ਮੈਂ ਸੱਥਾਂ 'ਚ ਜਾ ਕੇ ਬਹਿ ਜਾਂਦਾ, ਮੈਂ ਲੋਕਾਂ ਨਾਲ ਬੈਠਦਾ, ਮੈਂ ਤਾਂ ਸਾਡੀਆਂ ਸਰਕਾਰਾਂ ਸੱਥਾਂ 'ਚ ਰਹਿਣਗੀਆਂ। ਉਹ ਬੰਦਾ ਅੱਜ ਇੰਨਾ ਖੌਫ ਖਾ ਰਿਹਾ, ਜਿਹੜਾ ਕਹਿੰਦਾ ਸੀਗਾ ਕਿ ਜੇ ਡਰ ਲੱਗਦਾ ਪੋਲਟਰੀ ਫਾਰਮ ਖੋਲ੍ਹ ਲਓ, ਕਾਰਖਾਨੇ ਖੋਲ੍ਹ ਲਓ, ਹੋਰ ਕੰਮ ਕਰ ਲਓ, ਤੈਨੂੰ ਇੰਨਾ ਡਰ ਆਪਣੇ ਲੋਕਾਂ ਤੋਂ, ਕਿਉਂਕਿ ਤੂੰ ਝੂਠਾ ਸਿਰ ਦਾ ਪਖੰਡਬਾਜ਼ ਆ, ਡਰਾਮੇਬਾਜ਼ ਆ। ਸੋ ਪਰ ਇਹ ਬਾਈ ਅੱਜ ਵੱਡਾ ਰੋਹ ਮਾਰਚ ਹੈ, ਅਗਲੇ ਮਹੀਨੇ ਸਤੰਬਰ ਦੇ ਵਿੱਚ ਹਰ ਹਾਲ ਦੇ ਵਿੱਚ ਬੁੱਢੇ ਦਰਿਆ ਨੂੰ ਬੰਨ ਮਾਰਾਂਗੇ ਅਤੇ ਯਾਰਾਂ ਨੂੰ ਬੰਨ ਮਾਰਾਂਗੇ, ਇਹ ਬਹੁਤ ਹੋ ਗਿਆ। ਹਾਂਜੀ, ਬਿਲਕੁਲ, ਅਸੀਂ 8 ਸਾਲ ਤੋਂ ਲਗਾਤਾਰ ਲੜ ਰਹੇ ਹਾਂ, 16 ਤੋਂ ਲੈ ਕੇ ਬੁੱਢੇ ਦਰਿਆ ਤੋਂ। ਉੱਥੇ ਕਦੇ ਸਮਾਂ ਹੁੰਦਾ ਸੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕੁਲਤਾਰ ਸੰਧਵਾਂ ਵੀ ਸਾਡੇ ਨਾਲ ਖੜਦੇ ਰਹੇ ਆ, ਵੀਡੀਓ ਬਣਾਉਂਦੇ ਰਹੇ ਆ ਕੇ, ਕੋਈ ਸਮਾਂ ਸੀਗਾ ਆ ਸਾਰੇ ਆਸੂ ਵਰਗੇ ਬੋਲਦੇ ਰਹੇ, ਆਸੂ ਵਰਗੇ ਵੀ ਰਾਜਨੀਤੀ ਕਰਦੇ ਰਹੇ, ਰਮਨੀਤ ਬਿੱਟੂ ਵੀ ਰਾਜਨੀਤੀ ਕਰਦਾ ਰਿਹਾ, MP ਆ ਲੁਧਿਆਣੇ ਦਾ, MP ਦਾ ਨਹੀਂ, ਹਰ ਗਿਆ, ਰਾਜਾ ਬਣੇਗਾ MP ਹੈ, ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰੇਆਮੇ ਗੱਲ ਕਹਿ ਰਿਹਾ ਕਿ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ। ਯਾਰ, ਤੁਹਾਡੇ ਸਾਹਮਣੇ ਇੱਕ ਪਾਸੇ ਤੁਹਾਡੀ ਜ਼ਿੰਦਗੀ ਆ, ਇੱਕ ਪਾਸੇ ਮੌਤ ਹੈ, ਇੱਕ ਪਾਸੇ ਪੈਸਾ, ਇੱਕ ਪਾਸੇ ਜ਼ਿੰਦਗੀ ਆ, ਤੁਸੀਂ ਕਿਹਨੂੰ ਚੁਣੋਗੇ, ਜਾਨ ਵਾਲਾ ਜਹਾਨ ਆ? ਇਹ ਗੰਦਾ ਨਾਲਾ ਹਰ ਹਾਲ ਸਾਫ਼ ਹੋਊਗਾ ਅਤੇ ਜਾਂ ਫਿਰ ਅਸੀਂ ਜੇਲ੍ਹਾਂ ਜਾਵਾਂਗੇ, ਗੱਲ ਇੱਕੋ ਹੀ ਹੋਊਗੀ।